ਵੀਰ ਜੀ, ਕੁਝ ਚਾਹੀਦਾ ਤੁਹਾਨੂੰ? ਨਹੀਂ ਭੈਣ ਜੀ, ਤੁਸੀਂ ਵੀ ਬੈਠੋ, ਰੋਟੀ ਖਾ ਲੋ ਮੇਰੇ ਨਾਲ। ਵੀਰ ਜੀ ਤੁਸੀਂ ਖਾਓ, ਮੈਂ ਬਾਅਦ ਚ ਖਾ ਲੈਂਦੀ। ਭੈਣ ਜੀ ਬੈਠੋ ਤਾਂ ਸਹੀ, ਕੱਲੇ ਰੋਟੀ ਖਾਣ ਦਾ ਜੀ ਨਹੀਂ ਕਰਦਾ। ਮੈਂ ਕਿਹਾ ਸੀ ਨਾ ਕਿ ਨਿੱਕੀਆਂ ਨਿੱਕੀਆਂ ਖੁਸ਼ੀਆਂ ਮਨਾਉਣੀਆਂ ਬਹੁਤ ਜ਼ਰੂਰੀ ਨੇ। ਦੇਖਿਆ ਅੱਜ ਦਾ ਦਿਨ ਕਿੰਨਾ ਵਧੀਆ ਲੰਘਿਆ ਸਾਡਾ। ਲੋ ਸਕੂਲੋਂ ਦੋਨੇ ਜਣੇ ਆ ਹੀ ਗਏ। ਚਲੋ ਪੁੱਤ, ਹੱਥ ਮੂੰਹ ਧੋ ਲੋ ਤੇ ਰੋਟੀ ਖਾ ਲੋ। ਹੱਥਾਂ ਨੂੰ ਕੀ ਲੱਗਿਆ ਮੇਰੇ? ਕੁਛ ਨੀ ਲੱਗਿਆ, ਮੈਂ ਬਸ ਖਾਈ ਲੈਣਾ, ਭੁੱਖ ਬਹੁਤ ਲੱਗੀ ਮੈਨੂੰ। ਅੱਛਾ ਮੈਂ ਤਾਂ ਕੀ ਆਉਂਦੀ ਆ, ਦਹੀਂ ਲੈ ਕੇ ਵੀ ਤੂੰ। ਜ਼ੋਰੇ ਪੁੱਤ, ਆ ਕੀ ਹੈ? ਫਾਈਲ ਆ। ਇਹਦੇ ਜਿਨ੍ਹਾਂ ਦੇ ਜਵਾਕ ਹੋਣ ਵਾਲਾ ਹੁੰਦਾ ਉਹ ਆ ਫਾਈਲ ਉਹਨਾਂ ਨੂੰ ਦਿੰਦੇ ਡਾਕਟਰ। ਸੋਰੇ ਪੁੱਤਰ ਜੀ, ਤੁਸੀਂ ਬੱਚਿਆਂ ਦੇ ਹਸਪੀਟਲ ਕੀ ਕਰਨ ਗਏ ਤੇ? ਹਾਂ ਪੁੱਤਰ, ਦੱਸ ਕੀ ਕਰਨ ਗਿਆ ਸੀ, ਇਹ ਕਿਹਦੀ ਫਾਈਲ ਆ? ਦੱਸ ਪੁੱਤਰ, ਭੈਣ ਜੀ ਕੁਝ ਪੁੱਛ ਰਹੇ ਹਾਂ, ਕਾਹਤੇ ਗਏ ਸੀ ਤੁਸੀਂ ਹਸਪੀਟਲ? ਤੇ ਕੱਲਾ ਕਾਹਨੂੰ ਭੱਗ ਗਿਆ, ਨਾਲ ਕਿਉਂ ਨੀ ਲੈ ਕੇ ਗਿਆ? ਮੈਂ ਦਾਦਾ ਤਾਂ ਨਹੀਂ ਬਣਨ ਵਾਲਾ। ਦੱਸ, ਖੁਸ਼ਖਬਰੀ ਤਾਂ ਨਹੀਂ ਹੈਗੀ ਪੁੱਤਰ ਜੀ? ਕੋਈ ਖੁਸ਼ਖਬਰੀ ਨੀ ਹੈਗੀ? ਅਸੀਂ ਸੋਚ ਰਹੇ ਸੀ ਕਿ ਕਿਉਂ ਨਾ ਹੁਣ ਆਪਣੇ ਪਰਿਵਾਰ ਨੂੰ ਵੱਡਾ ਕਰ ਲਈ। ਬਸ ਉਹ ਇਹ ਤਾਂ ਬਹੁਤ ਸਿਆਣੀ ਗੱਲ ਆ ਪੁੱਤਰ ਜੀ, ਜਿਹੜਾ ਕੰਮ ਟਾਈਮ ਸਿਰ ਹੋ ਜਾਏ ਨਾ ਉਹੀ ਚੰਗਾ ਹੁੰਦਾ। ਪਹਿਲੀ ਵਾਰੀ ਕੋਈ ਗੱਲ ਸਿਆਣੀ ਸੋਚੀ ਹੈ ਤੁਸੀਂ? ਵਾਹਿਗੁਰੂ ਜੀ ਤੁਹਾਡੇ ਦੋਵਾਂ ਦੇ ਸੁਪਨੇ ਛੇਤੀ ਛੇਤੀ ਪੂਰੇ ਕਰਨ। ਦੱਸ ਤੂੰ ਡਾਕਟਰ ਨੇ ਕੀ ਕਿਹਾ? ਸਭ ਠੀਕ ਹੈ? ਹਾਂਜੀ ਭੂਆ ਜੀ, ਗਏ ਸੀ ਡਾਕਟਰ ਕੋਲ। ਅਸੀਂ ਸੋਚਿਆ ਕਿ ਪਹਿਲਾਂ ਇੱਕ ਵਾਰੀ ਡਾਕਟਰ ਨੂੰ ਦਿਖਾ ਲਈਏ, ਸਲਾਹ ਲੈਣੀ ਚੰਗੀ ਹੁੰਦੀ ਹੈ ਨਾ। ਫਿਰ ਕੀ ਕਿਹਾ ਡਾਕਟਰ ਨੇ? ਕੁਛ ਨੀ, ਬਸ ਉਹ ਦੋ ਟੈਸਟ ਦੱਸੇ ਨੇ, ਉਹ ਹੀ ਕਰਵਾਉਣੇ। ਹਾਂ ਟੈਸਟ, ਤੇਰੇ ਕੋਈ ਨੁਕਸ ਹੈ? ਨਹੀਂ ਨਹੀਂ ਭੂਆ ਜੀ, ਕੋਈ ਨੁਕਸ ਥੋੜਾ, ਉਹ ਤਾਂ ਬਸ ਨਾਰਮਲ ਚੈੱਕਅਪ ਹੈ। ਇੱਕ ਦੋ ਦਿਨਾਂ ਦੇ ਵਿੱਚ ਅਸੀਂ ਟੈਸਟ ਵੀ ਕਰਾ ਲਾਂਗੇ। ਇਹ ਤਾਂ ਤੁਸੀਂ ਐਵੇਂ ਫਾਈਲ ਦੇਖਣੀ, ਨਹੀਂ ਤੁਹਾਨੂੰ ਉਦੋਂ ਹੀ ਦੱਸਣਾ ਸੀ ਜਦੋਂ ਕੋਈ ਗੱਲ ਹੁੰਦੀ। ਤੇ ਫਿਰ ਇਹ ਕੋਈ ਹੱਲ ਹੈ ਸਮੱਸਿਆ ਦਾ? ਹੋਰ ਕੀ, ਹੁਣ ਸਾਡੇ ਜਵਾਕਾਂ ਨੂੰ ਤਾਂ ਸਾਨੂੰ ਆਪ ਹੀ ਸਿਖਾਉਣਾ ਪਊਗਾ ਨਾ, ਬੱਚਿਆਂ ਦੇ ਪਹਿਲੇ ਟੀਚਰ ਤੋਂ ਤਾਂ ਮਾਂ ਪਿਓ ਹੁੰਦੇ ਨੇ। ਪਰ ਜ਼ਰਾਵਰ ਜੀ, ਜੇ ਮਾਂ ਪਿਓ ਨੂੰ ਉਹਨਾਂ ਦੇ ਪਾਲਣ ਪੋਸ਼ਣ ਦੇ ਵਿੱਚ ਸਹੀ ਜਾਂ ਗਲਤ ਦਾ ਫਰਕ ਨਾ ਪਤਾ ਹੋਵੇ, ਫਿਰ ਚੈਨ, ਮੇਰੀ ਚੈਨ ਕਿੱਥੇ ਗਈ? ਚੋਰਨੀ, ਮੇਰੀ ਚੈਨ ਚੋਰਨੀ, ਫੜੋ ਫੜੋ, ਮੇਰੀ ਚੈਨ ਚੋਰੀ ਕਰ ਲਈ ਚੋਰਨੀ। ਇਹ ਤਾਂ ਫਿਰ ਮਾਂ ਪਿਓ ਨੂੰ ਚਾਹੀਦਾ ਨਾ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰਨਾ। ਚੋਰਨੀ, ਫੜੋ ਫੜੋ, ਮੇਰੀ ਚੈਨ ਚੋਰੀ ਕਰ ਲਈ
ਇਹ ਕੀ ਹੋ ਰਿਹਾ ਬਰਾਬਰ ਜੀ? ਇੱਕ ਔਰਤ ਦੇ ਪਿੱਛੇ ਇੰਨੇ ਬੰਦੇ ਭੱਜੇ ਜਾ ਰਹੇ ਨੇ। ਕਾਨੂੰਨ ਨਾ ਦੀ ਇੱਕ ਚੀਜ਼ ਹੁੰਦੀ ਹੈ, ਇਹ ਕੋਈ ਤਰੀਕਾ ਥੋੜੀ ਹੈ। ਰੁਕੋ ਜੁਨੀ ਜੀ, ਕਿੱਧਰ ਚੱਲੇ ਤੁਸੀਂ? ਇੱਕ ਔਰਤ ਦੇ ਪਿੱਛੇ ਇੰਨੇ ਜਾਣੇ, ਕਿ ਤੁਹਾਨੂੰ ਸਾਰਿਆਂ ਨੂੰ ਪੱਕਾ ਪਤਾ ਕਿ ਉਹਨੇ ਚੋਰੀ ਕੀਤੀ? ਉਹ ਮੇਰੀ ਚੇਨ ਚੋਰੀ ਕਰਕੇ ਭੱਜ ਰਹੀ ਸੀ। ਹਾਂਜੀ ਆਂਟੀ ਜੀ, ਇਹਨਾਂ ਨੇ ਚੋਰੀ ਨਹੀਂ ਕੀਤੀ, ਮੈਨੂੰ ਪਤਾ ਹੈ। ਆਂਟੀ, ਤੁਹਾਡੀ ਚੇਨ ਤਾਂ ਟੁੱਟ ਕੇ ਆਪ ਥੱਲੇ ਡਿੱਗ ਗਈ ਸੀ, ਦੇਖਿਆ ਤੁਸੀਂ ਬਿਨਾਂ ਸੱਚ ਜਾਣੇ ਇੱਕ ਔਰਤ ਦੇ ਪਿੱਛੇ ਉਹਨੂੰ ਮਾਰਨ ਲਈ ਤੁਰ ਪਏ? ਇੱਕ ਵਾਰੀ ਉਹਦੇ ਪੇਸ਼ ਪੈਣ ਤੋਂ ਪਹਿਲਾਂ ਸੋਚ ਤਾਂ ਲੈਂਦੇ, ਸੱਚ ਪਤਾ ਤਾਂ ਕਰ ਲੈਂਦੇ ਕਿ ਸੱਚ ਹੈ ਕੀ। ਆ ਚੇਨ ਹੈ ਨਾ ਤੁਹਾਡੀ, ਲਓ। ਕੀ ਦੇਖ ਰਹੇ ਹੋ? ਜਾਓ ਇੱਥੋਂ। ਇਹ ਤਾਂ ਵਿਚਾਰੀ ਮੈਨੂੰ ਬੇਹੋਸ਼ ਹੋਈ ਲੱਗਦੀ ਹੈ, ਅਸੀਂ ਇਹਨੂੰ ਡਾਕਟਰ ਕੋਲ ਲੈ ਕੇ ਚੱਲੀਏ। ਇੱਥੇ ਤਾਂ ਸਾਰਾ ਕੁਝ ਬੱਚਿਆਂ ਵਾਸਤੇ। ਹਾਂਜੀ ਵੀਰ ਜੀ, ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਬੱਚਿਆਂ ਲਈ। ਹਾਂਜੀ ਭੈਣ ਜੀ, ਪਰ ਕੱਲਾ ਕੱਲਾ ਖਰੀਦਣਾ ਜਾਂ ਫਿਰ ਇਕੱਠਾ ਹੀ ਆਰਡਰ ਹੋਊ? ਆਰਡਰ ਕਰਕੇ ਦੇਖਦੇ। ਹਾਂ ਵੀਰ ਜੀ, ਕਰਤਾ ਐਡ ਟੂ ਕਾਰਟ। ਸ਼ੁਕਰ ਹੈ ਸੱਚੇ ਪਾਤਸ਼ਾਹ, ਮੇਰੇ ਵੀਰ ਜੀ ਦੇ ਚਿਹਰੇ ਤੇ ਰੌਣਕ ਦੁਬਾਰਾ ਆ ਗਈ। ਕਿਤੇ ਸਿਰ ਤੇ ਸੱਟ ਜ਼ਿਆਦਾ ਤਾਂ ਨਹੀਂ ਲੱਗੀ ਉਹਨੂੰ? ਇਹ ਤਾਂ ਹੁਣ ਡਾਕਟਰ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਸਰਾਵਰ ਜੀ। ਪਰ ਇੰਨਾ ਟਾਈਮ ਹੋ ਗਿਆ, ਡਾਕਟਰ ਆਉਂਦੇ ਕਿਉਂ ਨਹੀਂ ਬਾਹਰ? ਆ ਜਾਣਗੇ ਕੋਈ ਨਾ। ਘਬਰਾਉਣ ਦੀ ਕੋਈ ਜ਼ਰੂਰਤ ਨਹੀਂ, ਤੁਸੀਂ ਸਹੀ ਟਾਈਮ ਤੇ ਇਹਨਾਂ ਨੂੰ ਇੱਥੇ ਲੈ ਆਏ ਹੋ, ਉਹ ਹੁਣ ਆਊਟ ਆਫ ਡੇਂਜਰ ਨੇ। ਬਾਕੀ ਸੱਟ ਵੀ ਕੁਝ ਜ਼ਿਆਦਾ ਨਹੀਂ ਸੀ, ਇੰਨੀ ਬਲੱਡ ਰਿਕਵਰ ਹੋ ਜਾਏਗਾ। ਚਲੋ ਸ਼ੁਕਰ ਹੈ ਰੱਬ ਦਾ। ਬਾਕੀ ਇਹ ਉਹੀ ਹੋਮ ਮਿਨਿਸਟਰ ਸਵੀਮ ਬਾਜਵਾ ਤੇ ਨੀ? ਹਾਂਜੀ। ਤੁਸੀਂ ਕੌਣ ਜੀ? ਮੈਂ ਜ਼ੋਰਾਵਰ ਸਿੰਘ ਬਾਜਵਾ। ਮਤਲਬ ਤੁਸੀਂ ਇਹਨਾਂ ਦੇ ਰਿਸ਼ਤੇਦਾਰ ਹੋ? ਬਹੁਤ, ਤੂੰ ਇਹ ਸਭ ਕਿਉਂ ਕੀਤਾ? ਚੁੱਪ ਕਰੋ ਬੁੜਿਆ, ਜੇ ਹੁਣ ਇੱਕ ਅੱਖਰ ਵੀ ਬੋਲਿਆ ਤਾਂ ਮੈਂ ਤੇਰੀ ਜੀ ਬਣ ਜਾਂਗੀ। ਇਹਨਾਂ
ਸਾਰਿਆਂ ਨੇ ਮੇਰੇ ਕੋਲੋਂ ਬਹੁਤ ਗੈਰ ਕਾਨੂੰਨੀ ਕੰਮ ਕਰਾਏ ਨੇ। ਇਹ ਮੇਰੇ ਨਾਲ ਬਹੁਤ ਮਾੜਾ ਸਲੂਕ ਕਰਦੇ ਸੀ, ਮੈਨੂੰ ਮਾਰਦੇ ਕੁੱਟਦੇ ਸੀ। ਨਹੀਂ ਡਾਕਟਰ ਸਾਹਿਬ, ਹੁਣ ਸਾਡੇ ਲਈ ਉਹ ਬੇਗਾਨੀ, ਕੋਈ ਰਿਸ਼ਤਾ ਨਹੀਂ ਹੈ ਸਾਡਾ ਉਹਦੇ ਨਾਲ। ਇਟਸ ਓਕੇ। ਪਰ ਡਾਕਟਰ ਸਾਹਿਬ, ਉਹਦੇ ਇਲਾਜ ਦਾ ਸਾਰਾ ਖਰਚਾ ਅਸੀਂ ਕਰਾਂਗੇ, ਤੁਸੀਂ ਜੋ ਵੀ ਬਣਦਾ ਹੋਇਆ ਉਹ ਇਲਾਜ ਕਰ ਦਿਓ। ਡਾਕਟਰ ਡਾਕਟਰ, ਇਹਨਾਂ ਦੇ ਪੇਸ਼ੈਂਟ ਭੱਜ ਗਏ ਖਿੜਕੀ ਚੋਂ ਛਾਲ ਮਾਰ ਕੇ। ਸੋਰੇ ਅਜੂਨੀ, ਤੁਹਾਨੂੰ ਸਵਰੀਨ ਦੇ ਮਸਲੇ ਚ ਪੈਣ ਦੀ ਕੀ ਲੋੜ ਸੀ ਭਲਾ? ਸਾਨੂੰ ਪੈਣਾ ਪਿਆ ਪਾਪਾ ਚ। ਪੈਣਾ ਪਿਆ, ਪਰ ਕਾਹਤੋਂ? ਗੱਲ ਹੀ ਇੰਨੀ ਵੱਡੀ ਹੋ ਗਈ, ਸਾਨੂੰ ਤਾਂ ਨਹੀਂ ਵੀ ਲੱਗਦਾ ਕਿ ਕਿਸੇ ਵੀ ਹਾਲਤ ਚ ਸਾਨੂੰ ਸਵਰੀਨ ਨੂੰ ਲੱਭਣਾ ਹੀ ਪੈਣਾ। ਲੱਭਣਾ ਪੈਣਾ? ਪੱਕਾ ਕਿਸੇ ਸਕੀਮ ਕਰਕੇ ਆਈ ਹੈ, ਇਹ ਜ਼ੋਰੇ ਦੀ ਗੱਡੀ ਦੀ ਡਿੱਗੀ ਚੋਂ ਨਿਕਲੀ ਹੈ। ਇਹ ਤਾਂ ਭੱਜਣ ਲੱਗੀ ਸੀ, ਮੌਕੇ ਦੱਸੀ ਫੜ ਲਈ। ਨਹੀਂ ਬੁਆ ਜੀ, ਏਦਾਂ ਦੀ ਕੋਈ ਗੱਲ ਨਹੀਂ ਹੈ, ਮੈਂ ਤਾਂ ਬਸ ਜ਼ੋਰੇ ਵੀਰੇ ਤੇ ਅਜੂਨੀ ਕੋਲੋਂ ਬਚਣ ਲਈ ਭੱਜਦੀ ਫਿਰਦੀ ਸੀ, ਫਿਰ ਗਲਤੀ ਨਾਲ ਇਹਨਾਂ ਦੀ ਗੱਡੀ ਵਿੱਚ ਆ ਕੇ ਲੁਕ ਗਈ ਤੇ ਇੱਥੇ ਆ ਗਈ। ਮੈਂ ਕੋਈ ਸਕੀਮ ਨਹੀਂ ਲੈ ਕੇ ਆਈ ਇੱਥੇ, ਪਲੀਜ਼ ਮੈਨੂੰ ਜਾਣ ਦਿਓ। ਚੁੱਪ ਕਰ, ਤੇਰੇ ਸਾਰੇ ਤਮਾਸ਼ੇ ਬਾਰੇ ਅਸੀਂ ਜਾਣਦੇ ਚੰਗੀ ਤਰ੍ਹਾਂ ਨਾਲ, ਹੁਣ ਤੇਰੀ ਕਿਸੇ ਗੱਲ ਦਾ ਯਕੀਨ ਨਹੀਂ ਕਰਨਾ ਸੀ, ਦਫਾ ਜਾ ਤੂੰ। ਪਾਪਾ ਜੀ ਇੱਕ ਮਿੰਟ, ਸਤਿ ਸ਼੍ਰੀ ਅਕਾਲ।
ਖਬਰਦਾਰ ਜੇ ਮੇਰੇ ਪੁੱਤ ਨੂੰ ਹੱਥ ਲੈ ਮੈਂ ਤੇਰਾ ਪਰਛਾਵਾਂ ਵੀ ਨਹੀਂ ਪੈਣ ਦੇਣਾ ਚਾਹੁੰਦੀ ਮੈਂ ਤਾਂ ਇਹਨੂੰ ਇਸ ਘਰ ਦੇ ਵਿੱਚ ਦੇਖਣਾ ਵੀ ਨਹੀਂ ਚਾਹੁੰਦਾ ਤੇ ਤੁਸੀਂ ਇਹਨੂੰ ਘਰ ਲਿਆ ਕੱਢੋ ਬਾਹਰ ਇਹਨੂੰ ਹੁਣੇ ਮੈਂ ਤਾਂ ਕਹਿੰਦਾ ਪੁਲਿਸ ਨੂੰ ਬੁਲਾਓ ਤੇ ਇਹਨੂੰ ਪੁਲਿਸ ਦੇ ਹਵਾਲੇ ਕਰੋ ਹੁਣੇ ਵੀਰ ਜੀ ਬਿਲਕੁਲ ਸਹੀ ਕਹਿ ਰਹੇ ਨੇ ਇਸ ਘਰ ਵਿੱਚ ਨਹੀਂ ਰਹਿ ਸਕਦੀ ਤੁਸੀਂ ਸਾਰੇ ਕੀ ਕਰ ਸਬਰੀਨ ਜਸ਼ਨ ਪਾਜੀ ਦੇ ਬੱਚੇ ਦੀ ਮਾਂ ਬਣਨ ਵਾਲੀ ਚੰਗਾ ਹੋਇਆ ਸਬਰੀਨ ਟੈਸਟ ਕਰਾਉਣ ਵਾਸਤੇ ਮੰਨ ਗਈ ਹਾਂਜੀ ਉਹ ਤਾਂ ਹੈ ਪਰ ਜਿੱਦਾਂ ਉਹਨੇ ਪਹਿਲਾਂ ਮਨਾ ਕਰਤਾ ਸੀ ਨਾ ਮੈਨੂੰ ਤਾਂ ਹਜੇ ਵੀ ਉੱਥੇ ਸ਼ੱਕ ਹੀ ਹੋ ਰਿਹਾ ਹੁਣ ਸ਼ੱਕ ਕਰਦਾ ਹੁਣ ਤਾਂ ਮੰਨ ਗਈ ਨਾ ਤੁਹਾਨੂੰ ਪਤਾ ਨਾ ਜ਼ੋਰਾਵਰ ਜੀ ਕਿਵੇਂ ਉਹਨੇ ਪਹਿਲਾਂ ਡਾਕਟਰ ਦੀ ਜੇਬ ਕਰਮ ਕਰਕੇ ਝੂਠੀ ਪ੍ਰੈਗਨੈਂਸੀ ਦਾ ਨਾਟਕ ਕੀਤਾ ਸੀ ਤੇ ਸਾਨੂੰ ਸਭ ਨੂੰ ਬੁੱਧੂ ਬਣਾਇਆ ਤੁਸੀਂ ਦਾਦਾ ਬਣਨ ਵਾਲੇ ਹੋ ਸ਼ੀ ਇਜ਼ ਪ੍ਰੈਗਨੈਂਟ ਪਰ ਹੁਣ ਮੈਂ ਸੋਚਿਆ ਹੋਇਆ ਕਿ ਇਸ ਵਾਰ ਇੱਕ ਡਾਕਟਰ ਤੋਂ ਨਹੀਂ ਘੱਟੋ ਘੱਟ ਤਿੰਨ ਚਾਰ ਡਾਕਟਰ ਤੋਂ ਟੈਸਟ ਕਰਵਾਉਂਗੀ ਮੈਂ ਉਹਦਾ ਠੀਕ ਆ ਜੀ ਡਾਕਟਰ ਕੋਲ ਜਾਣੀ ਆ ਤਾਂ ਫਿਰ ਆਪਾਂ ਵੀ ਡਾਕਟਰ ਕੋਲ ਜਾਈ ਆਵਾਂਗੇ ਹਾਂਜੀ ਅਸੀਂ ਤਾਂ ਜਾਣਾ ਹੀ ਆ ਡਾਕਟਰ ਕੋਲ ਤੁਸੀਂ ਸਮਝ ਨਹੀਂ ਚੁਣੀ ਜੀ ਮੇਰਾ ਮਤਲਬ ਆਪਾਂ ਡਾਕਟਰ ਕੋਲ ਜਾਵਾਂਗੇ ਪਰ ਸਾਡੇ ਲਈ ਡਾਕਟਰ ਕੋਲ ਜਾਣਾ ਹਾਂਜੀ ਇੱਕ ਵਾਰੀ ਰਿਪੋਰਟ ਤਾਂ ਆਉਂਦੇ ਹੋ ਰਿਪੋਰਟ ਤਾਂ ਹੀ ਜਾਣੀ ਚੁਣੀ ਜੀ ਤੇ ਮੈਨੂੰ ਪੂਰਾ ਯਕੀਨ ਹੈ ਕਿ ਰਿਪੋਰਟ ਵੀ ਬਿਲਕੁਲ ਠੀਕ ਆਊਗੀ ਕੱਲ ਦੀ ਕੱਲ ਦੇਖੀ ਜਾਊਗੀ ਰਿਪੋਰਟ ਪਰ ਹੁਣ ਤੁਸੀਂ ਆ ਕੀ ਕਰ ਪਾਕਿਸਤਾਨ ਨੇ ਕਿਹਾ ਕਿ ਟੂਰਨਾਮੈਂਟ ਤੋਂ ਪਹਿਲਾਂ ਜਿੰਨੀ ਪ੍ਰੈਕਟਿਸ ਹੋ ਜਾਣ ਓਨੀ ਓ ਘੱਟ ਤੇ ਨਾਲੇ ਟੂਰਨਾਮੈਂਟ ਤੋਂ ਪਹਿਲਾਂ ਤਾਂ ਸਾਈਨ ਹੀ ਲੈਣ ਦਿੰਦੇ ਸੀ ਕੋਈ ਸਾਹਿਬ ਪਰ ਇਹ ਤੁਹਾਡਾ ਕੋਈ ਟੂਰਨਾਮੈਂਟ ਥੋੜੀ ਹੈ ਤੁਸੀਂ ਤਸੱਲੀ ਨਾਲ ਸਾਹ ਲੈ ਸਕਦੇ ਹੋ ਇਹ I love you, ਮੇਰੀ ਮਾਂ ਅੱਜ ਇਸ ਦਾ ਟਾਈਮ ਹੁੰਦਾ ਸਰ ਬਾਬੂ ਜੀ ਅਸੀਂ ਜਾਣਾ ਹੈ ਨਾ ਜੇ ਟਾਈਮ ਦੇਖਦੇ ਰਹੇ ਬਸ ਫਿਰ ਤਾਂ ਸਰ ਗਿਆ ਜਿਹੜੇ ਜਵਾਕਾਂ ਤੋਂ ਬਾਅਦ ਤਾਂ ਸਾਰਾ ਟਾਈਮ ਉਲਟ ਪੁਲਟੀ ਹੋ ਜਾਣਾ ਕੀ ਮਤਲਬ ਜੇ ਸਾਡਾ ਜਵਾਕ ਹੋ ਗਿਆ ਤਾਂ ਤੁਸੀਂ ਮੈਨੂੰ ਭੁੱਲ ਜਾਓਗੇ ਫਿਰ ਨਹੀਂ ਬੋਲਣਾ ਬਸ ਗਲਤੀ ਨਾਲ ਮੂੰਹ ਨਿਕਲ ਗਿਆ ਸੀ ਇਹ ਪਿਆ ਤੁਹਾਡਾ ਪੁਰਾਣਾ ਸਮਾਨ ਤੇ ਪੁਰਾਣੇ ਕੱਪੜੇ ਭੂਆ ਜੀ ਨੇ ਕਿਹਾ ਹੈ ਜੋ ਵੀ ਚਾਹੀਦਾ ਤੁਸੀਂ ਲੈ ਲਓ ਨੇਲ ਪੇਂਟ ਚੇਂਜ ਕਰ ਲੈ ਤੇਰੇ ਲਈ ਨੇਲ ਆਰਟ ਦੀ ਕਿੱਟ ਲੈ ਕੇ ਆਇਆ ਸੀ ਮੈਂ ਬੈੱਡ ਦੇ ਨਾਲ ਦੇ ਨਾ ਦਰਾਜ ਚ ਪਈ ਹੈ ਮੇਰੇ ਵਾਲੇ ਪਾਸੇ ਚ ਹਾਂ
ਜਸ਼ਨ ਜੀ ਆਪਾਂ ਕੇ ਜੱਚਾਂਗੀ ਨਾ ਮੈਂ। ਨਹੀਂ ਜੀ ਸਰਕਾਰ, ਤੂੰ ਤਾਂ ਕੁਛ ਮਰਜ਼ੀ ਪਾ ਲੈ, ਤੇਰੇ ਤੇ ਤਾਂ ਜੱਚੂਗਾ ਹੀ। ਉਹ ਮੇਰੀ ਗੱਲ ਤਾਂ ਸੁਣੋ ਮੇਰੀ ਸਰਕਾਰ, ਕਿੱਥੇ ਜਾ ਰਹੀ ਹੋ, ਕੀ ਕਰ ਰਹੇ ਹੋ ਤੁਸੀਂ? ਗੱਲ ਤਾਂ ਸੁਣ ਜੀ ਮੇਰੀ ਸਰਕਾਰ, ਮੇਰੀ ਗੱਲ ਤਾਂ ਸੁਣੋ ਮੇਰੀ ਸਰਕਾਰ। ਮੇਰੀ ਸਰਕਾਰ, ਆਪਾਂ ਦੋਨੇ ਦੁਬਾਰਾ ਇਕੱਠੇ ਜੀਵਾਂਗੇ, ਨਵੀਆਂ ਯਾਦਾਂ ਬਣਨਗੀਆਂ ਤੇਰੇ ਇਸ ਨਵੇਂ ਚਿਹਰੇ ਦੇ ਨਾਲ। ਜ਼ਿੰਦਗੀ ਵਿੱਚ ਰੰਗ ਹੀ ਨਹੀਂ ਬਚੇ, ਰੰਗ ਭਰਨ ਵਾਲੇ ਜਸ਼ਨ ਜੀ ਹੀ ਨਹੀਂ ਰਹੇ, ਭੈਣਾ ਰੰਗ ਬਿਰੰਗੇ ਕੱਪੜਿਆਂ ਦਾ ਕੀ ਕਰਨਾ ਹੈ ਮੈਂ। ਤੁਸੀਂ ਕਿਉਂ ਆਏ ਹੋ ਇੱਥੇ? ਹੁਣ ਕੀ ਚਾਹੀਦਾ ਹੈ ਤੁਹਾਨੂੰ? ਸਵਰੀ ਇੱਕ ਵਾਰੀ ਸਾਡੀ ਗੱਲ ਸੁਣ ਲੈ। ਹਾਂ ਸਵਰੀ, ਅਸੀਂ ਤੇਰਾ ਬੁਰਾ ਨਹੀਂ ਤੇਰਾ ਭਲਾ ਹੀ ਚਾਹੁੰਦੇ ਹਾਂ। ਦੱਸੋ ਕੀ ਗੱਲ ਹੈ? ਦੇਖ ਸਵਰੀ, ਅਸੀਂ ਮੰਨਦੇ ਹਾਂ ਕਿ ਸਾਡੇ ਕੋਲੋਂ ਗਲਤੀ ਹੋਈ ਤੇ ਅਸੀਂ ਆਪਣੀ ਉਸ ਗਲਤੀ ਦੀ ਮਾਫ਼ੀ ਵੀ ਮੰਗਦੇ। ਕਿਸੇ ਹੋਰ ਲਈ ਨਾ ਸਹੀ, ਘੱਟੋ ਘੱਟ ਜਸ਼ਨ ਬਾਜੀ ਦੇ ਇਸ ਬੱਚੇ ਲਈ ਸਾਨੂੰ ਮਾਫ਼ ਕਰ ਦੇ। ਗੁੱਸੇ ਗਿਲੇ ਦੀ ਗੱਲ ਛੱਡੋ, ਇਹ ਦੱਸੋ ਕਿ ਤੁਸੀਂ ਚਾਹੁੰਦੇ ਕੀ ਹੋ? ਦੇਖ ਸਬਰੀ, ਇੱਕ ਨੰਨੀ ਜਾਨ ਤੇਰੇ ਅੰਦਰ ਪਲ ਰਹੀ ਤੇ ਮੈਨੂੰ ਨਹੀਂ ਲੱਗਦਾ ਕਿ ਤੂੰ ਹਜੇ ਇੰਨੀ ਕਾਬਿਲ ਹੈ ਕਿ ਤੂੰ ਉਹਨੂੰ ਇਕੱਲੇ ਹੀ ਪਾਲੇਗੀ। ਨਾ ਤਾਂ ਤੇਰੀ ਸਿਹਤ ਇੰਨੀ ਚੋਕੀ, ਨਾ ਤੇਰੇ ਕੋਲ ਰਹਿਣ ਲਈ ਘਰ ਤੇ ਹਾਂ ਚਾਰ ਪੈਸੇ, ਤੂੰ ਕਿਵੇਂ ਪਾਲੇਗੀ ਉਸ ਬੱਚੇ ਨੂੰ? ਬਸ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੂੰ ਬਾਜਪੇ ਦੀ ਕੋਠੀ ਜਾ ਕੇ ਵਾਪਸ ਉੱਥੇ ਰਵੇ। ਪਾਪਾ ਜੀ ਇਹ ਚਾਹੁੰਦੇ ਤਾਂ ਕਿ ਅਸੀਂ ਸਾਰੇ ਤੇਰਾ ਖਿਆਲ ਰੱਖ ਸਕੀਏ, ਉਦੋਂ ਤੱਕ ਜਦ ਤੱਕ ਉਹ ਬੱਚਾ ਇਸ ਦੁਨੀਆਂ 'ਚ ਨਹੀਂ ਆ ਜਾਂਦਾ। ਸਾਡੇ ਨਾਲ ਚੱਲ। ਵੀਰ ਜੀ ਕੀ ਹਿਸਾਬ ਕਿਤਾਬ ਲਾਈ ਜਾਂਦੇ ਹੋ? ਦੱਸਦਾ ਭੈਣ ਜੀ ਤੂੰ? ਹਾਂਜੀ ਤਾਂ ਜੀ, ਇਹ ਆ ਫੜਦੇ ਤੇ ਬਾਜ਼ਾਰ ਜਾ ਕੇ ਵਧੀਆ ਵਧੀਆ ਮਿਠਾਈਆਂ ਲੈ ਕੇ ਆ। ਹਰੇਕ ਮਿਠਾਈ ਦੇ ਦੋ ਤਿੰਨ ਡੱਬੇ ਲੈ ਕੇ ਆਈ ਹੈ ਤੇ ਮਿੱਠੂ ਹਲਵਾਈ ਕੋਲੋਂ ਲੈ ਕੇ, ਜਿਹੜੀ ਵਧੀਆ ਮਿਠਾਈ ਆਪਾਂ ਬਣਵਾਉਂਦੇ ਆ ਨਾ ਸਪੈਸ਼ਲ ਵਾਲੀ, ਉਹੀ ਬਣਵਾਉਣੀਆਂ ਨੇ। ਸੁਣ, ਜੇ ਪੈਸੇ ਦੀ ਲੋੜ ਆ ਤਾਂ ਹੋਰ ਲੈ ਜਾ। ਨਹੀਂ ਨਹੀਂ ਤਾਇਆ ਜੀ,
ਪੈਸੇ ਬਹੁਤ ਆ, ਇੰਨੇ ਪੈਸੇ ਤੇ ਮੈਂ ਦੁਕਾਨ ਖਰੀਦ ਲੂ। ਵੀਰ ਜੀ ਦੀ ਕਾਲੀ ਕਾਹਦੀ ਹੈ? ਤੁਹਾਨੂੰ ਲੱਗਦਾ ਤੁਸੀਂ ਕਾਲੀ ਕਰ ਰਹੇ ਹੋ। ਨਹੀਂ ਭੈਣ ਜੀ, ਕਾਲੀ ਕਾਹਦੀ ਹੈ, ਜ਼ੋਰੇ ਹੁਣੀ ਗਏ ਤਾਂ ਹੋਏ ਉਹਨੂੰ ਲੈਣ। ਮੈਨੂੰ ਪੂਰਾ ਯਕੀਨ ਹੈ ਕਿ ਖੁਸ਼ਖਬਰੀ ਲੈ ਕੇ ਮੜਨਗੇ, ਫਿਰ ਸਾਰਿਆਂ ਦਾ ਮੂੰਹ ਵੀ ਤਾਂ ਮਿੱਠਾ ਕਰਨਾ ਹੈ। ਜਸ਼ਨ ਪੁੱਤਰ ਜੀ ਵਾਪਸ ਆਉਣ ਵਾਲੇ ਨੇ, ਮਸਾ ਮਸਾ ਤਾਂ ਇਹ ਦਿਨ ਚੜਿਆ, ਮੈਂ ਕਿੱਦਾਂ ਸ਼ਾਂਤ ਹੋ ਕੇ ਬਹਿ ਜਾ ਭਲਾ। ਉਹ ਸ਼ਿੰਦੇ ਇੱਧਰ, ਹਾਂਜੀ ਆ ਫੜ ਪੈਸੇ, ਜਾ ਤੂੰ ਵੀ ਨਿਕਲ। ਇਹਨੂੰ ਕਿੱਥੇ ਭੇਜਣ ਲੱਗੇ ਹੁਣ? ਭੈਣ ਜੀ ਜਵਾਕ ਦੇ ਲਈ ਖਿਡੌਣੇ ਖਿਡੌਣੇ ਲਿਆਊਗਾ, ਹੋਰ ਕੀ ਕਰਨਾ ਇਹਨੇ। ਵੀਰ ਜੀ ਤੁਸੀਂ ਤਾਂ ਐ ਕਰ ਰਹੇ ਹੋ ਜਿਵੇਂ ਜੰਮਦਾ ਜਵਾਕ ਖੇਡਣ ਲੱਪ ਖਿਡੌਣਿਆਂ ਨਾਲ। ਸੋਹਰੇ ਪੁੱਤਰ ਜੀ ਸੋਹਰੇ ਪੁੱਤਰ ਤੁਸੀਂ ਮੂੰਹ ਕਿਉਂ ਲਟਕਾਇਆ ਹੋਇਆ? ਹਾਂਜੀ ਜੀ ਪੁੱਤਰ ਜੀ ਕੀ ਹੋਇਆ? ਸਵਰੀ ਨੂੰ ਅੰਦਰ ਲੈ ਜਾਓ, ਤੈਨੂੰ ਕਹਿ ਦੇਵੇ ਜੇ ਕਿਸੇ ਚੀਜ਼ ਦੀ ਲੋੜ ਹੈ ਤਾਂ ਸਾਨੂੰ ਦੱਸ ਦੋਗੇ। ਪਾਪਾ ਜੀ ਬਾਜਵਾ ਪਰਿਵਾਰ ਦੇ ਜੇਠੇ ਜਵਾਕ ਦਾ ਸਵਾਗਤ ਨਹੀਂ ਕਰੋਗੇ? ਦਾਦਾ ਜੀ ਵਾਲਾ ਵਿਹਾਰ ਨਹੀਂ ਕਰੋਗੇ? ਕੋਈ ਸ਼ਿੰਦੇ? ਹਾਂਜੀ ਵਾਹਿਗੁਰੂ ਮੇਰ ਕਰੇ ਸਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਪਰ ਹੁਣ ਨਜ਼ਰ ਵਾਲੀ ਗੱਲ ਕਿੱਥੋਂ ਆ ਗਈ ਵਿੱਚ? ਸਰਾਵਾ ਜੀ ਦੁੱਧ ਦਾ ਸੜਿਆ ਤਾਂ ਲੱਸੀ ਵੀ ਫੁੱਕਾ ਮਾਰ ਕੇ ਪੀਂਦਾ, ਤੇ ਸਬਰੀਨ ਦੇ ਦਿਲ ਦੀ ਸਮਝਣੀ ਇੰਨੀ ਸੌਖੀ ਗੱਲ ਨਹੀਂ, ਕੁਛ ਨਹੀਂ ਪਤਾ ਲੱਗਦਾ ਅੱਜ ਕੱਲ੍ਹ। ਹਾਂ ਮੈਂ ਇਹ ਨਹੀਂ ਕਹਿੰਦੀ ਕਿ ਛੋਟੀਆਂ ਮੋਟੀਆਂ ਖੁਸ਼ੀਆਂ ਨੂੰ ਮਨਾਓ ਨਾ, ਹਲੇ ਕੋਈ ਖੁਸ਼ੀ ਛੋਟੀ ਥੋੜੀ, ਇਹ ਤਾਂ ਬਹੁਤ ਵੱਡੀ ਖੁਸ਼ੀ। ਪਰ ਫਿਰ ਵੀ ਸਾਨੂੰ ਹੁਸ਼ਿਆਰ ਰਹਿਣਾ ਪੈਣਾ, ਆਖਿਰ ਹੈ ਤਾਂ ਉਹ ਸਵਰੀਨ ਹੀ ਨਾ। ਤੁਸੀਂ ਕੀ ਸੋਚਣ ਲੱਗੇ? ਮੈਂ ਤਾਂ ਬਸ ਇਹੀ ਸੋਚਣਾ ਕਿ ਰੱਬ ਕਰਕੇ ਸਵਰੀਨ ਸੱਚੀ ਬਦਲ ਗਈ ਹੋਵੇ। ਮੈਂ ਨਹੀਂ ਚਾਹੁੰਦਾ ਕਿ ਉਹਦੇ ਮਾੜੇ ਕੰਮਾਂ ਦਾ ਪਰਛਾਵਾਂ ਉਹਦੇ ਬੱਚੇ ਤੇ ਪਵੇ, ਤੇ ਮੈਂ ਕਦੇ ਉਹ ਪਰਛਾਵਾਂ ਪੈਣ ਵੀ ਨਹੀਂ ਦਊਂਗਾ। ਹੁਣ ਤੁਹਾਨੂੰ ਕੀ ਹੋਇਆ? ਹਾਂਜੀ ਮੈਂ ਇਸੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਸੀ। ਹਾਂ ਬੋਲੋ। ਬਾਹਰ ਚਲੀਏ, ਬਾਹਰ ਜਾ ਕੇ ਕਰਦੇ ਹਾਂ, ਨਾਲੇ ਸੈਰ ਵੀ ਹੋ ਚੁੱਕੀ ਗਾਰਡਨ ਚ। ਠੀਕ ਚਲੋ।
ਦਰਾਵਾ ਜੀ, ਤੁਹਾਨੂੰ ਯਾਦ ਹੈ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀ ਉਸ ਦਿਨ, ਉਹ ਜੀਤ ਬਾਰੇ ਕਿ ਕਿੱਦਾਂ ਉਹਨੇ ਬਦਤਮੀਜ਼ੀ ਨਾਲ ਗੱਲ ਕੀਤੀ ਸੀ ਸਰ ਨਾਲ? ਹਾਂ ਹਾਂ, ਉਹ ਜਵਾਕ ਕੀ ਬਣਿਆ ਉਹਦਾ? ਬਣਿਆ ਤਾਂ ਕੁਛ ਨਹੀਂ, ਪਰ ਤੁਹਾਨੂੰ ਇਹ ਵੀ ਯਾਦ ਹੈ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਬੱਚਿਆਂ ਦੀ ਇਹਨਾਂ ਹਰਕਤਾਂ ਦਾ ਜ਼ਿੰਮੇਵਾਰ ਕੌਣ ਹੁੰਦਾ ਹੈ? ਹਾਂ, ਤੁਸੀਂ ਗੱਲ ਕਰ ਰਹੇ ਸੀ ਕਿ ਬੱਚਿਆਂ ਦੀ ਇਹਨਾਂ ਹਰਕਤਾਂ ਦਾ ਜ਼ਿੰਮੇਵਾਰ ਉਹਨਾਂ ਦੇ ਮਾਪੇ ਹੁੰਦੇ ਨੇ। ਤੁਸੀਂ ਬਿਲਕੁਲ ਸਹੀ ਕਿਹਾ ਤੇ ਕਦੇ ਕਦੇ ਤਾਂ ਉਹਨਾਂ ਨੂੰ ਆਪੇ ਹੀ ਨਹੀਂ ਪਤਾ ਹੁੰਦਾ ਕਿ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਕਿਵੇਂ ਕਰਨਾ ਹੈ। ਬੱਚਿਆਂ ਦੀ ਇਹਨਾਂ ਹਰਕਤਾਂ ਦੇ ਜ਼ਿੰਮੇਵਾਰ ਉਹਨਾਂ ਦੇ ਮਾਪਿਓ ਹੀ ਹੁੰਦੇ। ਉਹਨਾਂ ਨੂੰ ਆਪੇ ਹੀ ਨਹੀਂ ਪਤਾ ਹੁੰਦਾ ਕਿ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਕਿਵੇਂ ਕਰਨਾ, ਜਾਂ ਉਹਨਾਂ ਨੂੰ ਸਮਝਦਾਰ ਬਣਾਉਣ ਲਈ ਕਰਨਾ ਕੀ ਚਾਹੀਦਾ। ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੱਡੇ ਹੋ ਕੇ ਜ਼ਿੰਮੇਵਾਰ ਬਣਨ, ਸਮਝਦਾਰ ਬਣਨ, ਨਾ ਕਿ ਸਵਰੀਨ ਦੀ ਤਰ੍ਹਾਂ ਮੂੰਹ ਫੜਤੇ ਬਦਤਮੀਜ਼। ਪਰ ਅਰਜੁਨੀ ਜੀ, ਤੁਸੀਂ ਤਾਂ ਬੱਚਿਆਂ ਨੂੰ ਪੜਾਉਣੇ, ਉਹਨਾਂ ਦੇ ਮਾਪਿਆਂ ਨੂੰ ਕਿਵੇਂ ਪੜਾਉਂਗੇ?